ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ ਨਾਲ। ਇਹ ਪੰਥ ਦੀ ਉਹ ਸ਼ਖਸੀਅਤ ਹਨ ਜਿਹੜੇ ਕਿ ਦੁਨੀਆ ਭਰ ਵਿੱਚ ਜਾ ਕੇ ਸਿੱਖੀ ਸਿਧਾਂਤਾਂ ਨੂੰ ਅੱਗੇ ਉਜਾਗਰ ਕਰ ਰਹੇ ਨੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਇਹਨਾਂ ਦੇ ਵਿਚਾਰ ਲਾਂਗੇ ਕਿ ਗੁਰਬਾਣੀ ਅਨੁਸਾਰ ਕਿਸ ਤਰੀਕੇ ਨਾਲ ਅਸੀਂ ਸਮੱਸਿਆ ਨੂੰ ਨਜਿੱਠ ਸਕਦੇ ਹਾਂ, ਕਿਉਂਕਿ ਅੱਜ ਇੱਕ ਬਹੁਤ ਵੱਡੀ ਚਿੰਤਾ ਦਾ ਇਹ ਵਿਸ਼ਾ ਬਣ ਚੁੱਕਿਆ ਸਿੱਖ ਪਰਿਵਾਰਾਂ ਵਿੱਚ ਕਿ ਸਾਡੀ ਜਿਹੜੀਆਂ ਬੱਚੀਆਂ ਨੇ ਉਹ ਅੱਗੇ ਜਦੋਂ ਆਨੰਦ ਕਾਰਜ ਕਰਵਾਉਣਾ ਹੈ ਤਾਂ ਜਾਂ ਤਾਂ ਉਹ ਧਰਮ ਤੋਂ ਬਾਹਰ ਜਾ ਕੇ ਹੋਰ ਧਰਮਾਂ ਵਿੱਚ ਬੱਚਿਆਂ ਨੂੰ ਲੱਭ ਰਹੀਆਂ ਨੇ, ਜਾਂ ਫਿਰ ਇਹ ਕਿਹਾ ਜਾਂਦਾ ਕਿ ਕਲੀਨ ਸ਼ੇਵਨ ਸਿੱਖ ਜਿਹੜਾ ਉਹ ਹੋਵੇ। ਇਸ ਦੀ ਕੀ ਰੈਮੀਫਿਕੇਸ਼ਨਸ ਨੇ ਅਤੇ ਕਿਸ ਤਰੀਕੇ ਨਾਲ ਬੱਚਿਆਂ ਨੂੰ ਗੁਰਬਾਣੀ ਅਨੁਸਾਰ ਸਮਝਾਇਆ ਜਾਵੇ, ਆਓ ਕੁਝ ਜਾਣਕਾਰੀ ਲੈਣੇ ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ ਤੋਂ। ਜੈ ਹਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਭਾਈ ਸਾਹਿਬ, ਇਹ ਸਮੱਸਿਆ ਤਾਂ ਦੁਨੀਆ ਭਰ ਵਿੱਚ ਅਸੀਂ ਪੰਜਾਬ 'ਚ ਵੀ ਦੇਖਦੇ ਹਾਂ ਅਤੇ ਬਾਹਰਲੇ ਮੁਲਕਾਂ 'ਚ ਵੀ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ। ਪੇਰੈਂਟਸ ਜਿਹੜੇ ਨੇ ਬੇਬਸ ਹੋ ਜਾਂਦੇ ਨੇ, ਜੇ ਉਹਨਾਂ ਨਾਲ ਗੱਲ ਕੀਤੀ ਜਾਏ ਤਾਂ ਉਹੀ ਕਹਿੰਦੇ ਨੇ ਕਿ ਹੁਣ ਕੀ ਕਰੀਏ, ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਸਮਝਾਈਏ, ਆਲਾ ਦੁਆਲਾ ਹੀ ਵਿਗੜ ਚੁੱਕਿਆ। ਤੁਸੀਂ ਵੀ ਇਸ ਵਿਸ਼ੇ ਨੂੰ ਦੇਖਦੇ ਹੋ, ਜਿੱਥੇ ਵੀ ਜਾਂਦੇ ਹੋ ਸੁਣਦੇ ਹੋਵੋਗੇ, ਸੋ ਕਿਸ ਤਰੀਕੇ ਨਾਲ ਤੁਹਾਡਾ ਕੀ ਨਜ਼ਰੀਆ ਕਿ ਗੁਰਬਾਣੀ ਅਨੁਸਾਰ ਕਿਵੇਂ ਇਸ ਨੂੰ ਟੈਕਲ ਕੀਤਾ ਜਾਵੇ? ਗੁਰਬਾਣੀ ਦੇ ਵਿੱਚ ਜਦੋਂ ਇਸ ਏਜ਼ ਬਾਰੇ ਪੜ੍ਹੀਦਾ, ਕਿਉਂਕਿ ਵੱਖ ਵੱਖ ਏਜ਼ ਦੀ ਗੱਲ ਸਤਿਗੁਰੂ ਨੇ ਬਾਣੀ ਵਿੱਚ ਕੀਤੀ ਹੈ, ਬਾਲਪਨ ਬਾਰੇ ਵੀ ਹੈ, ਜੋਬਨ ਬਾਰੇ, ਤਾਂ ਬਜ਼ੁਰਗ ਵੇਲੇ ਵੀ ਜੀ। ਖਾਸ ਕਰਕੇ ਜਿਹੜਾ ਇਹ ਟਾਈਮ ਪੀਰੀਅਡ ਹੈ ਜਿਹਨੂੰ ਗੁਰਬਾਣੀ ਵਿੱਚ ਆਖਿਆ ਗਿਆ ਕਿ ਜੋਬਨ ਬਾਲੀ ਰਾਮ ਰਾਜੇ, ਜਿਹੜਾ ਜੋਬਨ ਦਾ ਵੇਲਾ ਹੈ, ਇਹਦੇ ਵਿੱਚ ਬਾਲਪਨ ਜਿਹੜਾ ਨਾ ਸਮਝੀ ਵੀ ਬੜੀ ਕੰਮ ਕਰਦੀ ਹੈ ਜੀ। ਜਿੱਥੇ ਇਸ ਏਜ਼ ਦੇ ਵਿੱਚ, ਕਿਉਂਕਿ ਜਿੱਥੇ ਸਰੀਰਕ ਤਾਕਤ ਜ਼ਿਆਦਾ ਹੈ ਉੱਥੇ ਕੰਮ ਕਰਨ ਦੀ ਨਰਜ਼ੀ ਹੈ, ਪਰ ਉੱਥੇ ਨਾਲ ਨਾਲ ਇਹਦੇ ਵਿੱਚ ਕੁਝ ਅਜਿਹੀ ਸੋਚ ਵੀ ਤਿਆਰ ਹੁੰਦੀ ਹੈ ਕਿ ਜਿਹਦੇ ਵਿੱਚ ਫੈਸਲਾ ਲੈਣਾ ਜਿਹੜਾ ਉਹ ਆਪਣੇ ਮਨ ਦੇ ਫੈਸਲੇ ਜ਼ਿਆਦਾ ਇਹਦੇ 'ਚ ਕਰਨ ਦੀ ਜ਼ਿਆਦਾ ਤਾਕਤ ਰਹਿੰਦੀ ਹੈ ਜੀ। ਜਿਵੇਂ ਗੁਰੂ ਸਾਹਿਬ ਨੇ ਬਾਣੀ 'ਚ ਇੱਕ ਥਾਂ ਹੋਰ ਆਖਿਆ ਕਿ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ। ਇਹ ਜਿਹੜਾ ਜੋਬਨ ਦਾ ਸਮਾਂ ਹੈ, ਇੱਕ ਲਹਿਰ ਵੰਗਰ ਹੈ, ਜਿਵੇਂ ਪਾਣੀ 'ਚੋਂ ਲਹਿਰ ਉੱਠਦੀ ਹੈ ਜੀ। ਭਲਾ ਬੁਰਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨ ਮੱਤਾ ਅਹੰਗ ਮੇਵ ਜੀ। ਹੰਕਾਰ ਦੇ ਵਿੱਚ ਮਨ ਇੰਨਾ ਸਿਰੇ 'ਤੇ ਪਹੁੰਚਿਆ ਹੁੰਦਾ ਕਿ ਉਹ ਹਰ ਕਦਮ 'ਤੇ ਚਾਹੁੰਦਾ ਕਿ ਮੈਂ ਆਪਣੀ ਮਰਜ਼ੀ ਨਾਲ ਫੈਸਲਾ ਲਵਾਂ ਜੀ। ਅਤੇ ਭਲਾ ਬੁਰਾ ਨਾ ਪਛਾਣੀ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਵਾਸਤੇ ਬਹੁਤਾ ਚੰਗਾ ਕੀ ਹੈ ਅਤੇ ਮਾੜਾ ਕੀ ਹੈ। ਅਜਿਹੀ ਉਮਰ ਦੇ ਵਿੱਚ ਸਾਨੂੰ ਚਾਹੀਦਾ ਤਾਂ ਹੈ ਕਿ ਉਹਨੂੰ ਬੜੇ ਪਿਆਰ ਦੇ ਨਾਲ ਗਾਈਡ ਕਰਨਾ। ਦੇਖੋ, ਇੱਕ ਚੀਜ਼ ਮੈਂ ਪਹਿਲਾਂ ਕਹਿ ਦੇਣਾ ਚਾਹੁੰਦਾ ਕਿ ਅਸੀਂ ਬੱਚਿਆਂ ਤੋਂ ਇਹ ਆਸ ਰੱਖਦੇ ਹਾਂ, ਨੌਜਵਾਨਾਂ ਤੋਂ ਖਾਸ ਕਰਕੇ, ਕਿ ਉਹ ਸਾਡੇ ਮੁਤਾਬਕ ਚੱਲਣ ਜੀ। ਪਰ ਬਚਪਨ ਤੋਂ ਲੈ ਕੇ ਉਹ ਬੱਚੇ ਆਪਣੇ ਮਾਤਾ ਨੂੰ, ਆਪਣੇ ਪਿਤਾ ਨੂੰ, ਪਰਿਵਾਰ ਦੇ ਮਾਹੌਲ ਨੂੰ ਬੜੇ ਗੌਰ ਨਾਲ ਦੇਖ ਰਹੇ ਹੁੰਦੇ ਨੇ, ਨੋਟ ਕਰਦੇ ਨੇ। ਅਗਰ ਉਹਨਾਂ ਬੱਚਿਆਂ ਨੂੰ ਅਸੀਂ ਚੰਗੇ ਤਰੀਕੇ ਨਾਲ ਪ੍ਰੇਰਿਤ ਕਰਨਾ, ਉਹਨਾਂ ਤੋਂ ਚੰਗੀ ਆਸ ਰੱਖਣੀ ਹੈ, ਪਹਿਲਾਂ ਮਾਂ ਪਿਓ ਨੂੰ ਰੋਲ ਮਾਡਲ ਬਣਨਾ ਪਏਗਾ ਬੱਚੇ ਵਾਸਤੇ ਜੀ। ਅੱਜ ਅਗਰ ਅਸੀਂ ਇਹ ਕਹੀਏ ਕਿ ਸਾਡਾ ਬੱਚਾ ਜਿਹੜਾ ਉਹ ਰਹਿਤ ਮਰਿਆਦਾ ਮੁਤਾਬਕ ਗੁਰਬਾਣੀ ਅਕੋਰਡਿੰਗ ਜੀਵਨ ਬਤੀਤ ਕਰੇ, ਔਰ ਮਾਂ ਪਿਓ ਨੂੰ ਨੋਟ ਕਰਦਾ, ਮਾਤਾ ਪਿਤਾ ਉਹਦੇ ਰੋਲ ਮਾਡਲ ਨੇ, ਉਹਨਾਂ ਦੀ ਲਾਈਫ ਕੁਝ ਹੋਰ ਕਹਿ ਰਹੀ ਹੈ ਜਿੱਥੋਂ ਉਹ ਜ਼ਿਆਦਾ ਸਿੱਖਦਾ ਜੀ। ਅਜੇ ਧਰਮ ਦਾ ਪਾਠ ਜਿਹੜਾ, ਗੁਰਦੁਆਰੇ ਜਾਣਾ, ਕਿਸੇ ਪ੍ਰੋਗਰਾਮ ਜਾਣਾ, ਬੜਾ ਘੱਟ ਟਾਈਮ ਉਹ ਲਾਉਂਦਾ ਬੱਚਾ, ਜ਼ਿਆਦਾ ਟਾਈਮ ਆਪਣੇ ਮਾਤਾ ਪਿਤਾ ਕੋਲ ਹੈ। ਬਿਲਕੁਲ, ਉਹਨਾਂ ਦੀ ਲਾਈਫ ਅਗਰ ਗੁਰਬਾਣੀ ਜਾਂ ਰਹਿਤ ਮਰਿਆਦਾ ਅਕੋਰਡਿੰਗ ਨਹੀਂ ਹੈ ਜੀ, ਤਾਂ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ। ਫਿਰ ਜਿਹੜਾ ਮਨ ਮੱਤਾ ਅਹੰਗ ਮੇਹ ਵਾਲਾ ਪਾਠ ਜ਼ਿਆਦਾ ਕੰਮ ਕਰਦਾ ਬੱਚੇ ਅੰਦਰ, ਰਾਈਟ, ਅਤੇ ਫਿਰ ਅਸੀਂ ਆਸ ਰੱਖੀਏ। ਫਿਰ ਗੁਰਬਾਣੀ ਕਹਿੰਦੀ ਹੈ ਕਿ ਬੀਜੇ ਬੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਂ ਜੀ। ਅਸੀਂ ਨਿਆਂ ਤਾਂ ਇਹ ਕਰਨਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਦੀ ਲਾਈਫ ਵਿੱਚੋਂ ਦੀ ਗੁਰਬਾਣੀ ਝਲਕੇ ਜੀ, ਸਿੱਖੀ ਜੀਵਨ ਨਜ਼ਰ ਆਵੇ। ਜਿਵੇਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਜਾਂ ਹੋਰ ਸਿੱਖ ਇਤਿਹਾਸ ਵਿੱਚ ਇਸ ਉਮਰ ਦੇ ਵਿੱਚ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਕੋਈ ਯੋਗਦਾਨ ਨਜ਼ਰ ਆਉਂਦਾ ਜੀ, ਉਹਨਾਂ ਦੀ ਲਾਈਫ ਗੁਰੂ ਆਸ਼ ਮੁਤਾਬਕ ਤਾਂ ਹੁੰਦੀ ਹੈ ਕਿਉਂਕਿ ਉਹਨਾਂ ਦੀ ਬਚਪਨ ਤੋਂ ਘਾੜਤ ਉਹੋ ਜਿਹੀ ਕੀਤੀ ਜਾਂਦੀ ਹੈ, ਤਿਆਰੀ ਕਰਾਈ ਜਾਂਦੀ ਹੈ। ਹੁਣ ਦੇਖੋ, ਅਗਰ ਬੱਚੇ ਦੀ ਮਾਂ ਹੀ ਅਗਰ ਉਹ ਕਹੇ ਕਿ ਮੈਂ ਤਾਂ
ਆਪਣੇ ਆਪ ਨੂੰ ਸਵਾਰਨ 'ਤੇ ਬਹੁਤਾ ਧਿਆਨ ਦਿੱਤੇ ਜਾਵੇ, ਜਾਂ ਉਹ ਕਹੇ ਕਿ ਅਸੀਂ ਤਾਂ ਗੁਰਦੁਆਰੇ ਨਾਲੋਂ, ਪ੍ਰੋਗਰਾਮ ਨਾਲੋਂ, ਸਮਾਗਮ ਨਾਲੋਂ, ਅਗਰ ਮਾਂ ਇਹ ਕਹੇ ਕਿ ਮੈਨੂੰ ਤਾਂ ਕਲੱਬ ਜ਼ਿਆਦਾ ਚੰਗਾ ਲੱਗਦਾ ਜੀ, ਅਤੇ ਬੱਚੇ ਜਾਂ ਬੱਚੀ 'ਤੇ ਉਹਦਾ ਅਸਰ ਪੈ ਰਿਹਾ, ਉਹਦਾ ਇਫੈਕਟ ਪੈ ਰਿਹਾ, ਪਿਤਾ ਘਰ ਦੇ ਵਿੱਚ ਰੋਜ਼ ਸ਼ਾਮ ਨੂੰ ਅਗਰ ਸ਼ਰਾਬ ਪੀਂਦਾ ਤਾਂ ਉਹਦੀ ਬੱਚੀ ਅਤੇ ਧੀ 'ਤੇ ਜਾਂ ਬੱਚੇ 'ਤੇ ਉਹਦਾ ਅਸਰ ਪੂਰਾ ਪੈ ਰਿਹਾ ਜੀ। ਅਤੇ ਇਸ ਗੱਲ ਨੂੰ ਪਹਿਲਾਂ ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਘਰੋਂ ਮਾਤਾ ਪਿਤਾ ਪਹਿਲਾਂ ਆਪਣੀ ਤਿਆਰੀ ਠੀਕ ਰੂਪ 'ਚ ਕਰਨ, ਬੱਚੇ ਦੀ ਉਸਾਰੀ ਬਚਪਨ ਤੋਂ ਲੈ ਕੇ ਠੀਕ ਨਿਯਮਬੱਧ ਹੋ ਕੇ ਕਰਨ, ਔਰ ਉਹ ਆਪ ਬੱਚੇ ਵਾਸਤੇ ਇੱਕ ਰੋਲ ਮਾਡਲ ਬਣ ਜਾਣ ਜੀ, ਤਾਂ ਕਿ ਬੱਚੇ ਨੂੰ ਹੁਣ ਜੋ ਪ੍ਰੇਰਣਾ ਕੀਤੀ ਜਾਵੇ ਅਤੇ ਬੱਚਿਆਂ ਨੂੰ ਯਕੀਨ ਬੱਝ ਜਾਏਗਾ ਕਿ ਜੋ ਮੇਰੀ ਮਾਂ ਜਾਂ ਪਿਤਾ ਕਹਿ ਰਹੇ ਨੇ ਇਹ ਬਹੁਤ ਮੇਰੇ ਭਲੇ ਵਾਸਤੇ ਕਹਿ ਰਹੇ ਨੇ, ਔਰ ਕਿਤੇ ਨਾ ਕਿਤੇ ਇਹਦੇ ਵਿੱਚ ਮੇਰੀ ਜਿਹੜੀ ਲਾਈਫ ਹੈ ਬੜੀ ਸੇਫ ਹੈ। ਅਤੇ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਇਸ ਉਮਰ ਨੂੰ ਪ੍ਰੇਰਣਾ ਕੀਤੀ ਹੈ, ਬੜੇ ਧਿਆਨ ਦੇ ਨਾਲ ਇਹਨੂੰ ਸੋਚ ਸਮਝ ਵੀ ਦਿੱਤੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਕਦਮ ਚੁੱਕਣਾ ਜੀ। ਅਤੇ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਕਿ ਅਗਰ ਮਾਤਾ ਪਿਤਾ ਬੱਚੇ ਵਾਸਤੇ ਕੁਝ ਅਜਿਹੇ ਰੋਲ ਬਣਾਉਣ, ਦੋਸਤ ਬਣਾ ਕੇ ਇਹਨਾਂ ਨਾਲ ਵਿਚਰਨ, ਅੱਜ ਗੈਪ ਇੱਥੇ ਪੈ ਰਿਹਾ ਕਿ ਮਾਂ ਚੰਗੀ ਦੋਸਤ ਬਣ ਕੇ ਆਪਣੀ ਧੀ ਦੇ ਨਾਲ ਗੱਲ ਨਹੀਂ ਕਰ ਪਾ ਰਹੀ, ਉਹਨੂੰ ਚਾਹੀਦਾ ਉਹਦੇ ਲਾਗੇ ਹੋਵੇ, ਉਹ ਬਾਹਰੋਂ ਦੀ ਆਪਣੀ ਕੋਈ ਹੋਰ ਫਰੈਂਡ ਬਣਾ ਕੇ ਉਹਦੇ ਨਾਲ ਕੁਝ ਸਲਾਹ ਕਰੇ, ਇਹਦੇ ਨਾਲ ਉਹ ਮਾਂ ਅਜਿਹੀ ਬੈਟਰ ਫਰੈਂਡ ਬਣ ਜਾਏ ਕਿ ਉਹਨੂੰ ਲੱਗੇ ਕਿ ਮੈਂ ਆਪਣੀ ਲਾਈਫ ਬਾਰੇ ਕੁਝ ਅਗਰ ਸੋਚਣਾ, ਕੋਈ ਦਿਮਾਗ 'ਚ ਆਇਆ ਤਾਂ ਮੈਂ ਆਪਣੀ ਮਾਂ ਨਾਲ ਪਹਿਲਾਂ ਸ਼ੇਅਰ ਕਰ ਲਾਂ ਜੀ। ਅਤੇ ਉਸ ਬੱਚੇ ਦੇ ਜਦੋਂ ਮਾਤਾ ਪਿਤਾ ਉਹਦੇ ਲਾਗੇ ਹੋਣਗੇ, ਉਹਨੂੰ ਚੰਗੇ ਨਸੀਹਤ ਦੇਣਗੇ, ਉਹਨੂੰ ਗਾਈਡ ਕਰ ਸਕਣਗੇ, ਕਿਉਂਕਿ ਬਾਹਰ ਦੇ ਜਿਹੜੇ ਸਾਥੀ ਨੇ ਉਹਨਾਂ ਬਾਰੇ ਵੀ ਗੁਰਬਾਣੀ ਨੇ ਬੜਾ ਚਿਤੰਨ ਕਰਦਿਆਂ ਆਖਿਆ ਜੀ ਕਿ ਹੈਨ ਵਿਰਲੇ ਨਾ ਹੀ ਕਣੇ, ਬੜੇ ਵਿਰਲੇ ਜਿਹੜੇ ਆਪਣੇ ਸਾਡੇ ਭਲੇ ਵਾਸਤੇ ਕੁਝ ਸੋਚਦੇ ਹੋਣਗੇ। ਰਾਈਟ, ਜਿਵੇਂ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਏ, ਤਮਾਮ ਫਰੈਂਡ ਸਰਕਲ ਤਾਂ ਬਣਾਇਆ ਪਰ ਉਹ ਮੇਰੀ ਪਰੇਸ਼ਾਨੀ ਦਾ ਹੱਲ ਕਰ ਸਕਦੇ ਨੇ, ਅਤੇ ਕਿਉਂ ਨਾ ਹੋਵੇ ਮਾਤਾ ਅਤੇ ਪਿਤਾ ਚੰਗੇ ਫਰੈਂਡ ਬਣ ਜਾਣ, ਘਰ ਵਿੱਚ ਬੈਠ ਕੇ ਨਿਬੇੜਾ ਹੋਵੇ। ਇੱਕ ਤਾਂ ਇਸ ਉਮਰ ਦੇ ਵਿੱਚ ਘਰੋਂ ਜਿਹੜਾ ਮਾਤਾ ਪਿਤਾ ਨੂੰ ਬੜਾ ਧਿਆਨ ਦੇਣਾ ਪਏਗਾ, ਦੂਸਰਾ ਪੱਖ ਹੈ ਧਾਰਮਿਕ ਅਦਾਰਾ ਜੀ। ਸਾਡੇ ਜਿਹੜੇ ਗੁਰਦੁਆਰੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੇ ਸੰਸਥਾਵਾਂ ਨੇ ਉਹ ਇਸ ਏਜ ਦੇ ਉੱਤੇ ਪੂਰਾ ਧਿਆਨ ਨਹੀਂ ਦੇ ਪਾ ਰਹੇ ਜੀ। ਸਿਰਫ ਅਸੀਂ ਜ਼ਿਆਦਾ ਬਜ਼ੁਰਗਾਂ ਨੂੰ ਸੁਣਾਉਣ ਵਾਸਤੇ ਗੁਰਦੁਆਰੇ ਕੀਰਤਨ ਪ੍ਰੋਗਰਾਮ, ਕੀਰਤਨ ਸਮਾਗਮ, ਕਥਾ ਵਿਚਾਰਾਂ, ਉੱਥੋਂ ਤੱਕ ਸਾਡੀ ਕੋਈ ਸੀਮਾ ਬਣਦੀ ਜਾ ਰਹੀ ਹੈ ਠੀਕ। ਜਾਂ ਬਹੁਤੇ ਗੁਰਦੁਆਰੇ ਉਸਾਰ ਲੈਣੇ, ਲੰਗਰ ਕਰ ਲੈਣੇ, ਨਗਰ ਕੀਰਤਨ, ਪ੍ਰਭਾਤ ਫੇਰੀਆਂ, ਸ਼ਤਾਬਦੀਆਂ, ਇਸ ਏਜ ਨੂੰ ਅਸੀਂ ਕਿਵੇਂ ਜੋੜਨਾ ਹੈ? ਹੁਣ ਦੇਖੋ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਸੀ ਜੀ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਪ੍ਰੇਰਣਾ ਕਰਨ ਵਾਸਤੇ ਖਡੂਰ ਸਾਹਿਬ ਦੇ ਵਿੱਚ ਜਿੱਥੇ ਇਹਨਾਂ ਨੂੰ ਕੋਲ ਬਿਠਾ ਕੇ ਗੁਰਮੁਖੀ ਸਿਖਾਉਣੀ ਹੈ, ਉੱਥੇ ਮਲ ਅਖਾੜੇ ਤਿਆਰ ਕਰਨੇ ਨੇ ਤਾਂ ਕਿ ਇਹਨਾਂ ਦੀ ਜਵਾਨੀ ਸਾਂਭੀ ਰਹੇ ਜੀ, ਇਹ ਜਵਾਨੀ ਤਬਾਹ ਨਾ ਹੋਵੇ। ਅਤੇ ਅੱਜ ਉਹ ਜਵਾਨੀ ਜਿਹੜੀ ਹੈ ਉਹ ਨਸ਼ਿਆਂ ਵਾਲੇ ਬੰਨੇ ਅਗਰ ਜਾ ਰਹੀ ਹੈ, ਜਿਹੜੀ ਉਹ ਜਵਾਨੀ ਪਤਿਤ ਪੁਣੇ ਵੱਲ ਜਾ ਰਹੀ ਹੈ, ਉਹ ਜਵਾਨੀ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਉਹ ਮਰਿਆਦਾ ਤੋਂ ਬਾਹਰ ਨਿਕਲ ਕੇ ਦੂਜੇ ਬੱਚਿਆਂ ਨਾਲ ਤੁਰਦੇ ਨੇ, ਉਹਨਾਂ ਦੀ ਲਾਈਫ ਤੋਂ ਪ੍ਰਭਾਵਿਤ ਹੋ ਰਹੇ ਨੇ, ਤਾਂ ਕਿਤੇ ਘਾਟ ਕਮੀ ਸਾਡੇ ਧਾਰਮਿਕ ਅਦਾਰਿਆਂ 'ਚ ਹੈ ਠੀਕ। ਉਹਨਾਂ ਵਾਸਤੇ ਗੁਰਮਤਿ ਦੀ ਕਲਾਸ ਦਾ ਪ੍ਰਬੰਧ ਬਚਪਨ ਤੋਂ ਅਗਰ ਉਹਨਾਂ ਦੀ ਉਸਾਰੀ ਐਵੇਂ ਹੁੰਦੀ, ਉਹਨਾਂ ਵਾਸਤੇ ਗੁਰਬਾਣੀ ਦੇ ਗੁਰਮਤਿ ਦੇ ਕੈਂਪ ਲੱਗਣੇ, ਸੈਮੀਨਾਰ ਕਰਨੇ, ਉਹਨਾਂ ਨਾਲ ਬੱਚਿਆਂ ਨਾਲ ਬੈਠ ਕੇ ਗੈਟ ਟੂਗੈਦਰ ਕੋਈ ਵਰਕਸ਼ਾਪ ਲਾਉਣੀਆਂ, ਤਾਂ ਕਿ ਉਹਨਾਂ ਬੱਚਿਆਂ ਨੂੰ ਜੋ ਮਨ 'ਚ ਸਵਾਲ ਹੈ ਉਹ ਪੁੱਛਦੇ, ਉੱਥੇ ਬੈਠ ਕੇ ਖੁੱਲ੍ਹੀ ਗੱਲਬਾਤ ਹੁੰਦੀ, ਉਹਨਾਂ ਬੱਚਿਆਂ ਨੂੰ ਕਦੀ ਨਾ ਲੱਗਦਾ ਕਿ ਸਾਡੇ 'ਤੇ ਥੋਪਿਆ ਜਾ ਰਿਹਾ, ਉਹਨਾਂ ਨੂੰ ਸੋਝੀ ਦਿੱਤੀ ਜਾਵੇ ਜੀ, ਗਿਆਨ ਦਿੱਤਾ ਜਾਵੇ। ਅਤੇ ਇਸ ਤਰੀਕੇ ਨਾਲ ਰਲ ਕੇ ਜਿਹੜਾ ਸਾਡਾ ਯੋਗਦਾਨ ਪਵੇ, ਕੁਝ ਘਰੋਂ ਹੋਵੇ, ਕੁਝ ਸਾਡੇ ਸਕੂਲ ਤੋਂ ਠੀਕ ਪ੍ਰੇਰਣਾ ਉਹਨਾਂ ਬੱਚਿਆਂ ਨੂੰ ਮਿਲੇ, ਔਰ ਸਾਡੇ ਧਾਰਮਿਕ ਅਦਾਰੇ ਅਗਰ ਠੀਕ ਤਰੀਕੇ ਦੇ ਨਾਲ ਰੋਲ ਨਿਭਾਉਣ, ਤਾਂ ਸੁਭਾਵਕ ਹੈ ਬੱਚੇ ਨੂੰ ਚੰਗੀ ਅਸੀਂ ਨਸੀਹਤ ਦੇ ਸਕਦੇ ਹਾਂ। ਹੁਣ ਅੱਜ ਦੇ ਸਮੇਂ ਵਿੱਚ ਜਿਹੜੀ ਖਾਸ ਕਰਕੇ ਬੱਚੀਆਂ ਦਾ ਸਾਡਾ ਜਿਹੜਾ ਅੱਜ ਰੋਲ ਨਜ਼ਰ ਆ ਰਿਹਾ ਜੀ, ਸਾਡੀਆਂ ਧੀਆਂ, ਕਿਉਂਕਿ ਉਹਨਾਂ ਨੂੰ ਨਾ ਤਾਂ ਇਤਿਹਾਸ ਦੀ ਬਹੁਤੀ ਜਾਣਕਾਰੀ ਦਿੱਤੀ ਗਈ, ਨਾ ਗੁਰਬਾਣੀ, ਨਾ ਸੱਚਾਈ ਦੱਸਿਆ ਗਿਆ, ਸਾਡੀ ਬੱਚੀਆਂ 'ਤੇ ਅੱਜ ਪੂਰਨ ਤਰੀਕੇ ਦੇ ਨਾਲ ਉਹਨਾਂ ਨੂੰ ਫੋਕਸ ਕੀਤਾ ਜਾ ਰਿਹਾ ਜੀ। ਮੈਂ ਗੱਲ ਪਹਿਲਾਂ ਵੀ ਕਈ ਵਾਰੀ ਸ਼ੇਅਰ ਕਰ ਚੁੱਕਾ ਵਾਂ ਕਿ ਜਿਹੜੇ ਦੂਸਰੇ ਮਤ ਵਾਲੇ ਨੇ ਉਹ ਆਪਣੀ ਗਿਣਤੀ ਵਧਾਉਣ ਵਾਲੇ ਪਾਸੇ ਲੱਗੇ ਹੋਏ ਨੇ ਜੀ। ਉਹਨਾਂ ਨੂੰ ਬਕਾਇਦਾ ਇਹ ਗੱਲ ਆਖੀ ਗਈ, ਜਿਵੇਂ ਇਸਲਾਮਬਾਦ ਦੀ ਗੱਲ ਹੈ, ਉਹਦੇ 'ਚ ਆਖਿਆ ਗਿਆ ਕਿ ਅਗਰ ਕੋਈ ਸਾਡਾ ਲੜਕਾ ਇਹਨਾਂ ਦੀ ਕੋਈ ਇੱਕ ਬੱਚੀ ਵੀ ਘਰੋਂ ਕੱਢ ਕੇ ਲੈ ਆਉਂਦਾ,
ਤੇ ਉਹਨਾਂ ਵਾਸਤੇ ਇਨਾਮ ਰੱਖੇ ਗਏ ਨੇ, ਸਹੂਲਤਾਂ ਰੱਖੀਆਂ ਗਈਆਂ ਨੇ। ਰਾਈਟ, ਇੰਗਲੈਂਡ ਵਿੱਚ ਬੜੇ ਕੇਸਿਸ ਸਾਹਮਣੇ ਆਏ ਇਹੋ ਜਿਹੇ ਹੋਏ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੈਗੇ ਹੋ। ਬਿਲਕੁਲ, ਹੁਣ ਸਾਡੀ ਬੱਚੀਆਂ ਨੂੰ ਪਤਾ ਨਹੀਂ, ਕੋਮਲ ਉਹਨਾਂ ਦਾ ਹਿਰਦਾ ਹੈ ਜੀ, ਬਿਲਕੁਲ ਸੌਫਟ ਉਹਨਾਂ ਦੀ ਸੋਚ ਹੁੰਦੀ ਹੈ ਜਿਹਦੇ 'ਤੇ ਬੜਾ ਅਸਰ ਪੈਂਦਾ ਹੈ। ਔਰ ਉਹਨਾਂ ਲੋਕਾਂ ਨੇ ਤਰੀਕਾ ਕੀ ਕੱਢਿਆ ਹੋਇਆ ਹੈ ਕਿ ਜਿਹੜਾ ਉਹਨਾਂ ਦਾ ਬੱਚਾ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ 'ਚ ਪੜ੍ਹ ਰਿਹਾ ਜਾਂ ਕਿਸੇ ਜਗ੍ਹਾ 'ਤੇ ਉਹ ਸਰਵਿਸ ਕਰਦਾ ਜੀ, ਉਸ ਬੱਚੇ ਦਾ ਮੋਬਾਈਲ ਨੰਬਰ ਲੈਂਦੇ ਨੇ, ਉਸ ਲੜਕੇ ਨੂੰ ਬਕਾਇਦਾ ਪਿੱਛੋਂ ਦੀ ਤਿਆਰੀ ਕਰਾ ਕੇ ਉਹਦੇ ਮੋਬਾਈਲ 'ਤੇ ਹੀ ਜਾਂ ਉਹਦੇ ਮੇਲ ਦੇ ਵਿੱਚ ਕੁਝ ਸ਼ੇਰੋ ਸ਼ਾਇਰੀ ਭੇਜੀ ਜਾਂਦੀ ਹੈ ਜੀ। ਔਰ ਇਹ ਹਦਾਇਤ ਕੀਤੀ ਜਾਂਦੀ ਕਿ ਇਹ ਸ਼ੇਰੋ ਸ਼ਾਇਰੀ ਤੁਸੀਂ ਅੱਗੇ ਇਹਨਾਂ ਬੱਚੀਆਂ ਨੂੰ ਭੇਜਣੀ ਹੈ, ਅਤੇ ਉਹ ਬੱਚੀਆਂ ਦੇ ਨੰਬਰ ਲੈ ਕੇ ਜਦੋਂ ਉਹਨਾਂ ਨੂੰ ਮੋਬਾਈਲ SMS ਕਰਦੇ ਨੇ, ਉਹਨਾਂ ਨੂੰ ਇਹੋ ਜਿਹੀ ਸ਼ੇਰੋ ਸ਼ਾਇਰੀ ਭੇਜਣਗੇ ਅਤੇ ਜਿਹਦੇ ਨਾਲ 5-10 ਪੜ੍ਹਨ ਦੇ ਨਾਲ ਜੀ ਉਹਨਾਂ ਬੱਚੀਆਂ 'ਤੇ ਇੱਕ ਅਸਰ ਜਿਹਾ ਬਣ ਜਾਂਦਾ ਰਾਈਟ, ਕਿ ਜਿਹੜਾ ਮੈਨੂੰ ਮੈਸੇਜ ਭੇਜ ਰਿਹਾ ਸ਼ਾਇਦ ਇਹ ਅਜਿਹੀ ਸੋਚ ਵਾਲਾ, ਉਹ ਸ਼ੇਰੋ ਸ਼ਾਇਰੀ 'ਚ ਸੋਚ ਪੇਸ਼ ਹੋ ਰਹੀ ਹੁੰਦੀ ਕਿ ਬੜੀ ਚੰਗੀ ਸੋਚ ਦੇ ਨਾਲ ਇਹ ਜੀਵਨ ਜੀ ਰਿਹਾ ਰਾਈਟ, ਅਤੇ ਸਾਡੀ ਬੱਚੀ 'ਤੇ ਕਿਤੇ ਨਾ ਕਿਤੇ ਉਹਦਾ ਅਸਰ ਪੈ ਜਾਂਦਾ ਕਿਉਂਕਿ ਉਹਨੂੰ ਇਹ ਦੱਸਿਆ ਨਹੀਂ ਗਿਆ ਕਿ ਪਿੱਛੇ ਪਲਾਨਿੰਗ ਕੀ ਚੱਲ ਰਹੀ ਹੈ। ਐਬਸੋਲੂਟਲੀ, ਸੋ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਥੋਂ ਵੀ ਅਸੀਂ ਫੇਲ ਹੋਏ ਕਿ ਅਸੀਂ ਕੋਈ ਇੱਕ ਐਸਾ ਆਪਣਾ ਸਟਰੋਂਗ ਫੈਕਟਰ ਨਹੀਂ ਬਣਾ ਸਕੇ ਕਿ ਕਿਵੇਂ ਅਸੀਂ ਰਿਜ਼ਿਸਟ ਕਰਨਾ ਇਹਨਾਂ ਚੀਜ਼ਾਂ ਨੂੰ। ਇਹਦੇ ਬਾਰੇ ਹੋਰ ਬਾਤ ਗੱਲਬਾਤ ਕਰਨੀ ਇਸ ਬ੍ਰੇਕ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਇਸ ਸਵੈ ਅਭਿਮਾਨ ਜਿਹੜਾ ਹੈਗਾ ਇਸ ਗੌਰਵਮਈ ਇਤਿਹਾਸ ਨਾਲ ਅਸੀਂ ਆਪਣੇ ਬੱਚਿਆਂ ਨੂੰ ਜੋੜ ਸਕੀਏ। ਪਹਿਲਾਂ ਤਾਂ ਘਰੋਂ ਤੋਂ ਜਿਸ ਤਰ੍ਹਾਂ ਤੁਸੀਂ ਕਿਹਾ ਸ਼ੁਰੂਆਤ ਹੋਵੇ, ਪਰ ਸਮਾਜਿਕ ਤੌਰ 'ਤੇ ਵੀ ਕੀ ਕੀਤਾ ਜਾ ਸਕਦਾ ਹੈ, ਕਰਨੀ ਗੱਲਬਾਤ ਇਸ ਬ੍ਰੇਕ ਤੋਂ ਬਾਅਦ।